ਚਮਚਾ ਮਾਰੇ ਥੱਲੇ ਜਾਈ ਗਿਆ ਤਕੋਣ ਟੇਸਟ ਇਹਦਾ ਚਮਚੇ ਨਾ ਯਾਰ ਸੁਣਾ ਤੂੰ ਸੇ ਅੰਡੀ ਲੱਗਣਾ ਜੀ ਤਕੋਣ ਤਕੋਣ ਮੈਂ ਕਿਸਰਾ ਕੱਢਾ ਇਧਰੋਂ ਉਧਰ ਚੱਕਰ ਇਧਰ ਸੜਨ ਲੱਗੇ ਸੇ ਕੋਈ ਨਹੀਂ ਇਹ ਇਹ ਤਕੇ ਦੇਸੀ ਪਾਰ ਬੁਣਾ ਡੇਟ ਵੀ ਆ ਤਾਂ ਨਾ ਹੀ ਤਕੋ ਤਾਂ ਹੁਣ ਬਾਣਿਆ ਚਾਵਲ ਖਾਣੇ ਆ ਸਖਾਈ ਤਾਂ ਨਾ ਸਕਣੇ ਬਰਤਕੀ ਤਾਂ ਸਕਣੇ ਨਾ ਲਾਓ ਪਚਾ ਕੇ ਹਾਂ ਰਹੀਮ ਮੈਂ ਮੁਹੰਮਦ ਉਸਮਾਨ ਦੱਸਾਂ ਤੇ ਕਿਰਿਓ ਆਪਣਾ YouTube ਚੈਨਲ ਉਸਮਾਨ ਤਾਂ ਨਾਲ ਹੀ ਡੜਿਆਲ ਜੀ ਉਮੀਦ ਕਰਨਾ ਕਿ ਸਾਰੇ ਭੈਣ ਆਪਣਾ ਬਿਲਕੁਲ ਠੀਕ ਠਾਕ ਹਸਨ ਤਾਂ ਸਹੀ ਹੈ ਫਿਟੇ ਰੋਜ਼ੇ ਰੱਖਣੇ ਹਸਨ ਸਹੀ ਹੈ ਗਰਮੀਆਂ ਨੇ ਤੇ ਇੰਗਲੈਂਡ 'ਚ ਨਾ ਉਹ ਸਰਦੀਆਂ ਨੇ ਅੱਛਾ ਅੱਜ ਕੱਲ੍ਹ ਇਸ ਤਰ੍ਹਾਂ ਹੈ ਕਿ ਅੱਜ ਫਿਰ ਤੂੰ ਹਰਨ ਮਾਰ ਕੇ ਨਹੀਂ ਯਾਰ ਕਸਮੈਂ ਬੜਾ ਰੌਲਾ ਵਾ ਵੀਡੀਓ ਤਾਂ ਬਣਾਉਣ ਦੇਣਾ ਹੀ ਨਹੀਂ ਨਾ ਅੱਛਾ ਅੱਜ ਅਸਾਂ ਅੱਜ ਫਿਰ ਪਹਾੜੀਏ ਪਰ ਅਫਤਾਰੀ ਕਰਸਾਂ ਅਫਤਾਰੀ ਕਰਸਾਂ ਨਾ ਬਲਕਿ ਪੂਰੀ ਅਫਤਾਰੀ ਅਸਾਂ ਤਿਆਰ ਹੀ ਪਹਾੜੀਏ ਪਰ ਕਰਸਾਂ ਠੀਕ ਹੈ ਅੱਜ ਸਾਰੇ ਫਿਰ ਸੰਗੀ ਯਾਰ ਇਕੱਠੇ ਹੋ ਸਾਂ ਉੱਧਰ ਅਧਰੀ ਸਾਹਿਬ ਅਸ਼ਨਨ ਪੇ ਬਾਕੀ ਸਾਰੇ ਵੀ ਤਾਂ ਜਲਸਾਂ ਆਉਣ ਜਨਾਬ ਉੱਥੋਂ ਕੋਈ ਜਿਹੜੀਆਂ ਕੋਈ ਚੀਜ਼ਾਂ ਕਿੰਨੀਆਂ ਨਾ ਉਹ ਕਿੰਨੀਆਂ ਤਾਂ ਜਿਹੜੀ ਹੈ ਤੱਕ ਉਹ ਮੈਂ ਅਸੀਂ ਦੱਸਣਾ ਵਾ ਜਿਹੜਾ ਇਹ ਨਹੀਂ ਹੈ ਦੁਆ ਬਾਕੀ ਚੀਜ਼ਾਂ ਕਰੂ ਮੈਂ ਚਾਹੀ ਕਾਂਦੀ ਹਨ ਸਾਰੀਆਂ ਜਿਹਾ ਸਿਲੰਡਰ ਸ਼ਿਲੰਡਰ ਜੀ ਉਹ ਚਮਚਾ ਚਮਚਾ ਹੈ ਪਲੇਟਾਂ ਹਰ ਇੱਕ ਚੀਜ਼ ਮੈਂ ਆਉਂਦੀ ਵੀ ਉਸੇ ਮੈਂ ਚੈੱਕ ਕਰਾਉਣਾ ਦੇਖਣਾ ਮੈਂ ਆਪਣੀ ਦੁਕਾਨਾਂ ਪਰ ਆਣੀ ਕੇ ਰੱਖੀ ਨਾ ਆਇਲ ਸ਼ਾਇਲ ਦੇਸ਼ਕਾ ਸਿਲੰਡਰ ਚਟਾਈ ਇੱਧਰ ਸ਼ਾਵਰ ਦੇਸ਼ਕੇ ਵਿੱਚ ਵੀ ਸਾਰੀਆਂ ਚੀਜ਼ਾਂ ਪਈਆਂ ਸੀਗੀਆਂ ਵੀ ਮੈਂ ਚੈੱਕ ਕਰਾਉਣਾ ਆ ਇਹ ਤੱਕ ਹਾਂ ਸਭ ਚੀਜ਼ਾਂ ਮਸਾਲੇ ਸ਼ਾਲੇ ਬਾਕੀ ਗੋਸ਼ਤ ਚਾਵਲ ਸ਼ਾਵਲ ਕਿਨਸਾਂ ਫਰੂਟ ਸ਼ੂਟ ਸਾਰਾ ਕਿਨਸਾਂ ਜਾ ਪਰ ਜਿਹੜੀਆਂ ਚੀਜ਼ਾਂ ਕਿਦੀਆਂ ਨਾ ਉਹ ਮੈਂ ਰੱਖੀਆਂ ਨਾ ਤਾਂ ਹੁਣ ਅਸ਼ਨ ਨਦਰੀ ਸਾਹਿਬ ਤਾਂ ਜਿਹੜੀ ਗੱਡੀ ਉੱਪਰ ਤੇਰੀਆਂ ਚੀਜ਼ਾਂ ਤੋਂ ਚਾਰ ਕਿੰਨੀਆਂ ਨੇ ਕਿੰਨੀ ਕੈ ਤਾਂ ਫਿਰ ਜਿਹੜੀ ਉੱਪਰ ਤਾਂ ਇਨਸ਼ਾਅੱਲਾ ਤਿਆਰ ਕਰੀਏ ਚੋਰਾਂ ਨਾਲ ਪੰਡ ਤਾਵਲੀ ਮਨਸੂਰ ਸਾਹਿਬ ਪਹਿਲਾਂ ਹੀ ਪਹੁੰਚੀ ਹਨ ਉਹ ਦੂਰ ਕੱਲੀ ਰਹਿਣ ਮੈਂ ਕਿਹਾ ਅੱਛੋ ਜਿੱਦਾਂ ਪਰ ਤਾਣੇ ਮਨਸੂਰ ਜੱਟ ਸਾਹਿਬ ਤਾਂ ਉਹਨਾਂ ਕੀ ਆਖੀਆਂ ਨਾ ਇੱਥੇ ਚਲੋ ਹਾਂਜੀ ਜੁਲਾ ਅਸਲਾਮ ਵਾਲੇਕੁਮ ਮਨਸੂਰ ਸਾਹਿਬ ਕੀ ਹਾਲ ਹੈ ਸੇਸ਼ੇ ਠੀਕ ਹੈ ਨਾ ਹੋਰ ਰੋਜ਼ਾ ਕੈਸਾ ਚਾਹੀ ਰਿਹਾ ਠੀਕ ਠਾਕ ਉਧਰ ਉਧਰ ਖਲੀ ਰਿਹਾ ਉਧਰ ਅੰਦਰ ਅਸ਼ਰ ਨੰਬਰ ਲਾਣੇ ਨੇ ਕੀ ਇਦਰੀਸ ਸਾਹਿਬ ਸਮਝੋਂਗ ਇਹ ਕਰਨੇ ਸਸਾਈ ਨਹੀਂ ਕਰਨੇ ਚੋਣੇ ਹੀ ਗੁੰਦੇ ਕੋਈ ਨਾ ਚਾਣਾ ਮੈਂ ਕਿਹਾ ਵੈਸੇ ਠਾਲਿਆ ਸੁੱਤਾ ਵਾ ਪਰ ਅਸ਼ਨਾ ਹੋ ਸੀ ਨਾ ਔਰ ਬਾਕੀ ਚੀਜ਼ਾਂ ਨੇ ਸਾਰੀਆਂ ਰੱਖੀਆਂ ਵੀ ਆਪਾਂ ਦੋ ਚਾਰ ਚੀਜ਼ਾਂ ਕਿੰਨੀਆਂ ਜਿਹੜੀਆਂ ਉਹ ਕਿੰਨੀ ਕੁ ਜੁਲੇ ਆ ਪਰ ਮੋਟਰਸਾਈਕਲ ਖਿਲਾਓ ਨਾ ਤਾਂ ਮਾੜੇ ਮੋਟਰਸਾਈਕਲ ਨਾਲ ਹੈ ਮਾੜੇ ਮੋਟਰਸਾਈਕਲ ਨਾਲ ਲਾਓ ਉਧਰ ਪੈਟਰੋਲ ਮਹਿੰਗਾ ਹੋ ਸੀ ਮੈਂ ਪੈਟਰੋਲ ਕੋਈ ਜੇ ਗੋਸ਼ਤ ਸੜ ਕੇ ਇਸ ਤਰ੍ਹਾਂ ਲੱਭੀ ਗਿਆ ਤਾਂ ਮਾਸਟਰ ਅੱਗੇ ਆ ਕੇ ਸੜੇ ਆ ਤੁਸੀਂ ਗੋਸ਼ਤ ਵਾਲੀ ਦੁਕਾਨਾਂ ਪਰ ਗੋਸ਼ਤ ਪਾਈ ਰੰਗ ਨੂੰ ਕਿੱਦਾਂ ਕਿੱਦਾਂ ਨਾ ਬੜਿਆ ਜੀ ਭਾਈ ਯਾਰ ਨਾ ਮੂੰਹ ਦੱਸਿਆ ਕੋਈ ਨਹੀਂ ਠੀਕ ਹੈ 1.5 ਕਿਲੋ ਗੋਸ਼ਤ ਅੱਜ ਕਿੱਦਾਂ ਨਾ ਬੜਿਆ 720 ਰੁਪਈਆ ਨੂੰ ਤਾਂ ਗੋਸ਼ਤ ਕਿੰਨੀ ਆ ਹੁਣ ਤਾਂ ਗੋਸ਼ਤ ਕਿੰਨੀ ਆ ਫਿਰ ਜਲਸਾਂ ਉਹ ਪਾਰੇ ਪਾਸ ਉੱਥੋਂ ਕਿ ਫਰੂਟ ਸ਼ੂਟ ਕਿੰਨੀ ਆ ਤਾਂ ਮਾਸਟਰ ਵੀ ਨਾਲ ਨਾ ਹਾਂਜੀ ਮਾਸਟਰ ਜੀ ਬੜੀ ਜ਼ੋਰ ਵਾਹ ਲੱਗਣੀ ਇੱਥੇ ਹੈ ਸਮਾਨ ਉਸਲਾ ਆਖਿਆ ਸੀ ਇਕੱਠੇ ਕਿਆ ਵਾਰ ਕਿਸਾਨ ਸਮਾਨ ਇਕੱਠਿਆਂ ਹੁੰਦਾ ਹੈ ਕੋਈ ਨਹੀਂ ਹੈ ਅਜੇ ਬਹੁਤ ਟਾਈਮ ਹੈ ਪਰ ਉਹ ਕਿੰਨੀ ਆ ਫਰੂਟ ਸ਼ੂਟ ਤੁਸੀਂ ਹਾਲੇ ਵੀ ਨਿੰਦਰ ਆਈ ਹੈ ਕਿਉਂ ਕਿਆ ਕਰਨੇ ਰਹੇ ਕਣਕ ਆਪਣੇ ਰਹੇ ਤੁਸੀਂ ਕਿੱਦਾਂ ਤੇ ਨਾ ਭਾਈ ਰਾਣਾ ਬੜੀ ਮਿਹਰਬਾਨੀ ਬੜਾ ਸ਼ੁਕਰੀਆ ਨਾ ਜਨਾਬ ਹੈ ਤਾਂ ਕੋਈ ਬਾਹਰ ਪਾਣੀ ਸ਼ਾਣੀ ਪਿਆ ਸੀ ਸਾਰਾ ਤੇ ਧੋਈ ਦਿੱਤਾ ਰਹੇ ਸਾੜੇ ਕੀ ਮੈਂ ਤਾਂ ਕਹਾਂ ਸੋਹਣਾ ਸਾਫ਼ ਸੁਥਰਾ ਕਰੀ ਦਿੱਤਾ ਨੇ ਤਾਂ ਹੁਣ ਸਾੜ ਕੀ ਪਰੇਸ਼ਾਨੀ ਨਹੀਂ ਹੋਣ ਲੱਗੀ ਸਿਰਫ ਅਸਾਂ ਪਕਾਉਣਾ ਹੈ ਹੁਣ ਤੂੰ ਕਿੰਨੇ ਨਸਾਂ ਜਨਾਬ ਚਾਵਲ ਤਾਂ ਬਿਰਿਆਨੀ ਮਸਾਲਾ ਹੱਥਾਂ ਮੈਂ ਤਾਂ ਕਿਹਾ ਅੱਗੇ ਡੱਬਾ ਪਿਆ ਇਹ ਮਾਸਟਰ ਜੀ ਇੱਧਰ ਤੱਕ ਹਾਂ ਕੁਥਾ ਕਰਾ ਸੀਖ ਕਬਾਬ ਚਿਕਨ ਟਿੱਕਾ ਮਛਲੀ ਇਹਨਾਂ ਕੀ ਬਿਰਿਆਨੀ ਮਸਾਲਾ ਖਜੂਰ ਕੱਢੀ ਤੇ ਹਾਂ ਸਮਾਨ ਬਾਈ ਖਜੂਰ ਖਜੂਰ ਖਜੂਰਾਂ
ਲੋਕਾਟ ਰਹਿੰਦੇ 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 ਅੱਧਾ ਕਿਲੋ ਲੋਕਾਟ ਨਾ ਨਾ ਰਹਿੰਦੇ ਕਿਉਂ ਭਣੇ ਮਜ਼ੇ ਨੇ ਅਲਾ ਰਹਿੰਦੇ ਲੋਕਾਟ ਰਹਿੰਦੇ ਉਹਨੇ ਮਾਸਟਰ ਰਹਿੰਦੇ ਲੋਕਾਟ ਬਸ ਠੀਕ ਹੈ ਖਜੂਰ ਦਾ ਕਿਲੋ ਬਾਈ ਦੇ ਮਹਲਾ ਇਹ ਬਹੁ ਹੈ ਮਾਟਰ ਹੋਈ ਗਏ ਸੇਵ ਕਰੀਓ ਚੀਜ਼ ਬਣੀ ਵਿੱਚ ਸੇਵ ਚੀਜ਼ਾਂ ਮੈਂ ਆਂਦੀਆਂ ਵੀਆਂ ਸੇਵ ਕਿੰਨੇ ਸੋ ਥੋੜੇ ਜਿਹਾ ਕਰੀਓ ਅੱਧਾ ਅੱਧਾ ਕਿਲੋ ਸੇਵ ਬਾਈ ਜਨਾਬ ਜੀ ਉਸਮਾਨ ਬਾਈ ਔਰ ਕਰਾਤਾ ਨਾਲ ਇਫਤਾਰੀ ਅੱਜ ਨਾ ਇਫਤਾਰੀ ਨਾ ਪੀ ਰਿਹਾ ਅਸਲਾਮ ਅਲੈਕਮ ਕੀ ਹਾਲ ਹੈ ਠੀਕ ਹੋ ਖਰੀਦ ਹੈ ਸਰ ਸਾਹਿਬ ਹੋਈ ਹੈ ਸਾਰਾ ਕੁਝ ਚਾਹੀਏ ਕਿੰਨਾ ਨੇ ਇਫਤਾਰੀ ਹੈ ਠੀਕ ਹੈ ਸਾਰਾ ਕੁਝ ਚਾਹੀਏ ਕਿੰਨਾ ਚਾਹੀਏ ਕਿਦੀਆਂ ਹੁਣ ਕਿੰਨੀਆਂ ਗੱਡੀ ਚ ਰੱਖਿਆ ਤੇ ਛੋਟਾ ਪਾਣੀ ਭਰਨਾ ਆ ਠੀਕ ਹੈ ਤਾਂ ਆਪਣੇ ਪੁਆਇੰਟ ਤੇ ਫੋਟੋ ਚਲੋ ਜੀ 20 ਪੁਆਇੰਟ ਪਾਜ ਜੇ ਨਾ ਜੁਨੀਆ ਛੇ ਟਿੱਕੀਆਂ ਬਜਾ ਪਾਣੀ ਹੈ कितनी देर होगी बिल्कुल रोजा भी खुलने वाला आधा किलो पकौड़े तो दर्जन चिकन समोसे जबानी हिसाब कर रहा यार इतना थोड़ा हिसाब किताब होना चाहिए ना ਸਾਰੇ ਭਰਾ ਜਿਹੜੇ ਸਾਰੇ ਨਾਲ ਮੌਜੂਦ ਨਾ ਸਾਡੇ ਨਾਲ ਜਿੰਨੇ ਵੀ ਅਸਾਂ ਨੇ ਇੱਕ ਟੀਮ ਹੈ ਪੂਰੀ ਇਥੇ ਦੇ ਕਿਆ ਪਾਪਾ ਨਜ਼ਰ ਸ਼ੋ ਪਿਆ ਤਾਂ ਮਿਹਰਬਾਨੀ ਮੈਂ ਖੁਦ ਕਰਨਾ ਪਿਆ ਤੇ ਚਾਵਲ ਮੈਂ ਆਪਾਂ ਪਕਾ ਕੇ ਖਲਾਸਾਂ ਇਹਨਾਂ ਦੀ ਨਹੀਂ ਦੇ ਅੱਜ ਜਨਾਬ ਅਸਾਂ ਬਨਾਸਾਂ ਪਲਾਓ ਪਲਾਓ ਜੰਗਲੀ ਪਲਾਓ ਜੰਗਲਾਂ ਚ ਬਈ ਹੈ ਇਹ ਜੰਗਲਾਂ ਚ ਹੈ ਵਾਕਈ ਜੀ ਜਿੱਦਾਂ ਜਿੱਦਾਂ ਤੁਸਾਂ ਤੱਕੋ ਹੈ ਜੰਗਲ ਜੰਗਲ ਨਹੀਂ ਸਰੀ ਅਸੀਂ ਬਾਕੀ ਆਬਾਦੀ ਬਾਕੀ ਦੂਰ ਹੀ ਆ ਇਧਰ ਬੁੱਟਾ ਸੋ ਛੋੜਿਆ ਕੋਈ ਜੰਗਲ ਤਾਂ ਖਤਮ ਹੀ ਹੈ ਯਾ ਇਧਰ ਮਾਰੋ ਨਾ ਕੈਮਰਾ ਤੁਹਾਨੂੰ ਪਤਾ ਲੱਗਾ ਵਾਹ ਅੱਲਾ ਕੀ ਕੱਟੀ ਰਿਓ ਪਿਆਜ਼ ਕੱਟੀ ਰਿਓ ਪਿਆਜ਼ ਕੱਟਨੇ ਆ ਪਿਆਜ਼ ਕੱਟੀ ਟਮਾਟਰ ਕੱਟਸਾਂ ਤਾਂ ਕਿਤਨੇ ਕਿਲੋ ਚਾਵਲ ਹੈ ਚਾਵਲ 1.5 ਕਿਲੋ ਤਾਂ 1.5 ਕਿਲੋ ਤੋਂ ਜ਼ਿਆਦਾ ਤਾਂ 1.5 ਕਿਲੋ ਚ ਕਿਤਨੇ ਚਾਵਲ ਪੈਣੇ ਪਿਆਜ਼ ਕਿਤਨਾ ਪੈਣਾ ਆ ਪਿਆਜ਼ ਤਕਰੀਬਨ 3 ਪਾ ਪੈਣਾ ਆ 3 ਪਾ ਪੈਣਾ ਨਾਲ ਪਾ ਜਿਹੜਾ ਆਧਾ ਕਿਲੋ ਨਾਲ ਪਾ ਪਿਆਜ਼ ਅੱਛਾ ਗਰਮਾ ਵੀ ਪੈਣਾ ਵਿੱਚ ਨਾ ਨਾ ਮੈਂ ਉਹ ਕੋ ਨਹੀਂ ਪੈਣਾ ਉਹ ਕੋ ਨਹੀਂ ਪੈਣਾ ਗਰਮਾ ਕੋ ਨਹੀਂ ਪੈਣਾ ਗਰਮਾ ਉਸਨੇ ਚ ਪੈਸੀ ਨਾ ਕਸਨੇ ਚ ਇਫਤਾਰੀ ਵਿੱਚ ਇਫਤਾਰੀ ਚ ਫਰੂਟ ਵਿੱਚ ਫਰੂਟ ਵਿੱਚ ਠੀਕ ਹੈ ਹੁਣ ਅਧੀਆਂ ਚੀਜ਼ਾਂ ਉੱਥੇ ਪਈਆਂ ਨਾ ਉਹ ਦਾਹੋ ਸਹੀ ਸੱਕ ਭਾਈ ਉਹ ਹੁਣ ਇਕੱਠੀਆਂ ਕਰਨੇ ਆ ਤਾਂ ਫਿਰ ਆਣਨੇ ਆ ਸਰ ਜੀ ਬਿਲਕੁਲ ਜਨਾਬ ਹੈ ਤੱਕੋ ਅਸਾਂ ਸ਼ੁਰੂ ਕਰ ਦਿੱਤਾ ਪਲਾਓ ਪਕਾਣਾ ਠੀਕ ਹੈ ਪਿਆਜ਼ ਜਿਹੜਾ ਹੀ ਬ੍ਰਾਊਨ ਸ਼ਨ ਹੋਸੀ ਫਿਰ ਬਾਕੀ ਭਾਈ ਦਾ ਇਮਰ ਜਿਹੜੇ ਨੇ ਬਾਕੀ ਚੀਜ਼ਾਂ ਕੱਟ ਲੈਣ ਤੇ ਤੇ ਬਾਕੀ ਆਵਾਮ ਕੀ ਮੈਂ ਆਖਿਆ ਕੋਈ ਫਰੂਟ ਸ਼ੂਟ ਕਤਰੋ ਤਾਂ ਜੋ ਰੋਜ਼ੇ ਦਾ ਟਾਈਮ ਹੋਣਾ ਪਿਆ ਉਹ ਜਨਾਬ ਉਧਰ ਚੋਟੀ ਚੜੇ ਨੇ ਪਹਾੜਾਂ ਦੇ ਪਾਸੇ ਪਹਿਲਾ ਟਿਕਟੋਕਾ ਬਣਾਣਾ ਤੇ ਵਾਹ ਇੱਕ ਪੁਰਾਣੀ ਯਾਦ ਹੋਈ ਗਈ ਪੁਰਾਣੀ ਤੇ ਕੋਈ ਨਹੀਂ ਅਸਾਂ ਲੰਘੇ ਆ ਪੁਰਾਣੀ ਚਣੀ ਕੋਨੀ ਚਲੋ ਟਾਈਮ ਬਿਲਕੁਲ ਸ਼ਾਰਟ ਆ ਰਿਹਾ ਜੇ ਕੋਈ ਤਿਆਰੀ ਕੋਨੀ ਸਾਡੀ ਚਲੋ ਅੱਲਾ ਖੈਰ ਕਰ ਸਹੀ ਤਾਂ ਇਨਸ਼ਾਅੱਲਾ ਹੋਈ ਵੀ ਜਾ ਚਲੋ ਠੀਕ ਆ ਜਾ ਆ ਜਾ ਐ ਤਸਾਂ ਕੀ ਚੀਜ਼ ਚੈੱਕ ਕਰਾਸਾਂ ਪਤਾ ਨਹੀਂ ਚੀਜ਼ ਹੈ ਕਹੀ ਹੈ ਮੈਂ ਵੀ ਚੈੱਕ ਕਰਸਾਂ ਤੇ ਤੁਸਾਂ ਕੀ ਵੀ ਚੈੱਕ ਕਰਾਸਾਂ ਆਇਦਾ ਚੱਲ ਮਨਸੂਰ ਆ ਜਾ ਐ ਚੀਜ਼ ਚੈੱਕ ਕਰਾਣੇ ਆਏ ਆ ਠੀਕ ਹੈ ਚੀਜ਼ ਆ ਮਨਸੂਰ ਸਾਹਿਬ ਚਲੋ ਠੀਕ ਹੈ ਫਿਰ ਟੋਪੀ ਕੁੱਤਾ ਮਨਸੂਰ ਆਪ ਟੋਪੀ ਦਿਓ ਟੋਪੀ ਦਾ ਗੋਣੀ ਸਮਾੜੀ ਸ਼ਗਿਰਦੀ ਤਿਆਰ ਕਰਸੋ ਮੈਂ ਤੁਸਾਂ ਨਹੀਂ ਕਰਾਂ ਕੋ ਦਮ ਬੋਣ ਮੈਂ ਟੋਪੀ ਹਾਜ਼ਰ ਹੋਈ ਜਾ ਤੁਸੀਂ ਨਹੀਂ ਉਹ ਸਾਰੀ ਬਾਤ ਹੁਣ ਤਿਆਰ ਨਹੀਂ ਆਸਾਂ ਕੀ ਤਾਂ ਫਿਰ ਪਹਿਲਾਂ ਚਿੱਲਾ ਕੱਟਣਾ ਪੈਸੀ ਹੈ ਚਿੱਲਾ ਦਾ ਕਿਸਰਾ ਕੱਟਦਾ ਵੀ ਤਾਂ ਬਸ ਇਹਨਾਂ ਜਗ੍ਹਾ ਬਣਾਈ ਹੋੜੀ ਆ ਇਧਰ ਸਭ ਲੋਕ ਕਿਨੇ ਰੋਜ਼ ਨੂੰ ਉਸਨ ਲਾ ਸਭ ਲਾ ਇਹ ਬਾਹ ਹਾਂ ਜੀ ਪਹਿਲਾਂ ਤੂੰ ਪੇਸ਼ਨ ਕੋਈ ਕਰਵਾ ਤੂੰ ਇਹ ਜਨਾਬ ਅਲੀ ਪੂਰੇ 29 ਰੋਜ਼ ਨੇ ਪੱਕੀ ਗੱਲ ਹੈ ਪੱਕੀ ਗੱਲ ਹੈ ਰਾਤੀ 11 ਵਜੇ ਆਖਣਗੇ 30 ਨੂੰ ਪੱਕੇ 29 ਰੋਜ਼ 29 29 ਰੋਜ਼ੇ ਹੋਏ ਤਾਂ ਇੱਥਾ ਇਹ ਜਿਹੜਾ ਠੀਆ ਨਹੀਂ ਮਾੜਾ ਵਾਜੀ ਡਨ ਹੋ ਗਿਆ ਠੀਕ ਹੈ ਤੱਕੋ ਨਾਲ ਇਹ ਬੋਤਲ ਨਾ ਹੋਇਆ ਤਾਂ ਸਾਕਬ ਸਫਰ ਆਣਾ ਬੋਤਲ ਟਿਕੀ ਇਹ ਪਾਣੀ ਦਮ ਕਰਾਈਦਾ ਅਸਤਗਫਿਰ ਲਾਈ ਹੋ ਜਾਏ ਜੀ ਠੀਕ ਹੈ ਜੀ ਕੀ ਚੀਜ਼ਾਂ ਕਹੀਆਂ ਜੀ ਇਹ ਸਮਝ ਨਹੀਂ ਸਾਕਬ ਭਾਈ ਗੱਲ ਕੁਝ ਇਸ ਤਰੀਕੇ ਨਹੀਂ ਬੈਠ ਜਾ ਕੱਖ ਵੀ ਨਹੀਂ ਹੈ ਇੱਥੇ ਅਚਨੇ ਨਾ ਨਿੱਕੇ ਡੰਗਰ ਸ਼ੰਗਰ ਚਾਰਨੇ ਵਾਸਤੇ ਉਹਨੇ ਛਪਰੀ ਛਪਰੀ ਬਣਾਈ ਵੀ ਹੈ ਇੱਥੇ ਧੁੱਪ ਨੂੰ ਬਚਣੇ ਵਾਸਤੇ ਨਿੱਕੇ ਆਣਾ ਸਾ ਬਣਾ ਰਹੇ ਬਿਲਕੁਲ ਸ਼ੁਗਰ ਮੇਲੇ ਨੇ ਤੌਰ ਪਰ ਉਹਨਾਂ ਬਣਾਈ ਵੀ ਛਪਰੀ ਇੱਕ ਤਾਂ بارش ਵੀ ਬਚਣੀ بارش ਤਾਂ ਦੀ ਨਹੀਂ ਬਚਾਣੀ ਅਸੀਂ ਹੈ ਤੂੰ ਵੀ ਕੀ ਬਚਾਣੀ ਧੁੱਪ ਸੋ ਬਚਾਣੀ ਹੈ ਧੁੱਪ ਹੁਣ ਸਾਹਮਣਾ ਮੰਜ਼ਰ ਹੈ ਸਾਹਮਣੇ ਮਾਸੂਮ ਮਨਸੂਰ ਦਾ ਵਿਊ ਚੈੱਕ ਕਰੋ ਹੈ ਸ਼ਾਮ ਨੇ ਟਾਈਮ ਵਿਊ ਹੋਣਾ ਹੈ
دن نے ٹائم کیونکہ سورج اس سائڈ تو ہونا ہے نا پھر سائڈ کام آنی ہے تا اے جی دا باقی بیٹھک چٹے کا کوئی نہیں چلو جی کشمیری بیٹھک تا اٹھو مزہ چاہیے کیندا یا بس بو ہو گئی یہ کچھ نا نکل جی بلے بلے جی بلے بلے نکل جی پٹی نہ ہوڑا تھکے میں چھت لینے چھڑے درو تو تھم میں نکل سی پھر نا ایک در پوری ویڈیو نکل سی واہ جی واہ اے تو کچھ پرانی یاداں ننیاں آئی واہ جی واہ منصور صاحب مزہ آئی گیا جی عثمان بھائی کدھا جیاں پہنچا سسٹم اچھا تساں اے کرو نا اس کی ذرا کی پکاو نا میں پکاں ماڑے پلا آئی گیا جی میں جلیا وا منصور کدھر جلیا بریانی مصالحے دا ڈبا سی کدھر گیا اسا کچھ نہیں بنا کے میں مٹھا تے بھائی کسا سے بسکٹ دا تھلا نہ لگایا ٹھیک تھلا ہاں اے تھوڑا نا سن گھبراوی نہ تھلا لگی گیا تے تساں کے اوٹیاں پاس اس نی پیازا نی نال نی نا ٹھیک ہے روسٹ ہونی ہے پیازا نال ٹھیک ہے پیازا نال آتا ہوں مزہ کر سکتے انشاءاللہ انشاءاللہ منصور صاحب تکو جی آئی گیا ہمارے سامنے ہوں میں بڑی گیا جناب پراپر لانگری اور ایک بندہ ہمارے نال کون اے الا لگی گیا تے رحیم اچھا اے کہنا اے لگی گیا نہیں پانی پائی جڑا نہ نہ پانی ہے ٹماٹر نا سکی گیا تے ساکب نالا آ گڈی کی جڑا نالا گڈی تکو جناب جی گوشت گالی رہی بریانی پلاؤ بریانی پلاؤ پلاؤ بریانی نہیں بنی بریانی بہت مشکل ہے جی ناظرین اسو تو پی سکنے ہو ہمارے پاپا اور جناب علی اسلام فٹ کڑی نا چاولاں کی بہتر ہے اپنے اج اللہ خیر کرے پلاو بنسی یا کیا بنسی کو بنسی کیا کچھ ہے نا لیم بنا ہے کچھ نہ کوئی تو بنسی نا تکو جی ایک پرانی یاد ہے پرانی یاد ہو جی بالکل جناب بالکل پرانی یادوں کے ساتھ واسو جی تکے میں جلیا تو کہ نا شربت چاہیے نا جی جی اے اس کی لانا ہے روس نہیں کرنا ہے اس کی لانا ہے تاکہ تھلا نہ لگا انشاءاللہ کبرا ہوئی نا سینٹر جو پٹو صاحب واپس اچھو تے تکے اسے کی میں بڑے ساقب صاحب ہاں جی پاپے اور انجنا نا کام ماشاءاللہ شروع کر کیندا تے ہن اللہ ہی خیر کرے کیا پتہ کیا بنسی سجا کو رادا بنانے نا ویسے سجا ہے پاپے جی کیڑا پورا کہہ رہا تھا اے جناب علی بنانے نا رادا سے پلاو کھوال چا سا چلو انشاءاللہ لاچو مڑے تھنا وی پلاؤ کاسو یقین کرو پلی جاسو کرے لینا اتھا اے صاحب حکومت لا ہے جس طرح ووٹ پیٹی ہے کہ نسن حکومت شہباز شریف نے کہ صاحب انہاں نے ہوئی ہے ماشاءاللہ میں نے عثمان بھائی کے کڑی کے گین تے باقی چمچا انہاں نے اتھے دے گئے چمچا مارنے واسطے بھی ہونا ہے ادھر پرکاش صحیح پر ہن پاپے مار کس کیتا ہن پاپے مار سارا کچھ میں کیتا ہے نا نا اے عثمان بھائی کٹیا غصہ سارا کو میں دسی جی کٹیا غصہ عثمان بھائی روزی کا جڑواں میں کٹیا تک گیا اللہ چلو یہ منی اللہ منی میں دسو پلاؤ تو اور کوئی بنانا نہ ساری چیزاں سہ پینیاں ہاتھ ٹیسٹ نہ ہونا ہے ٹیسٹ جڑا ہاتھ نہ ہونا ہے چمچا مارے ہاتھ چاہیے گا تکو ٹیسٹ اے چمچے نہ ہویا سنا تو سے ہنڈی لگنا جی تکے ہون میں تکو ہون میں کتنا کٹایا ادھر ادھر چکرے ادھر چھڑن لگے سے تو کوئی نہیں اے اے تکے دیش کی پار بنا ڈیٹ بھی ہے تو نہ تکو بھی سامنے سارا گدھال خان آباد تکسواری پلاک ماشاءاللہ پورا ایریا دسنا سر فجرا سارے منصور بھائی رونا جڑائی نہیں دسنا اے بابے او دسیاں تھوڑی تارا جناب علی لگی گیا افطاری نا سامان بالکل تھوڑا جا ٹائم رہنا ہے آ جاسو آسا کترنے جناب علی فروٹ راشد صاحب نے کیا کھلایا راشد صاحب آئی گیا آج جی پھر ماسٹر جی تک میں جلیا تھو کہ شربت چاہیے نا اس کی لانا ہے روس نہیں کرنا ہے اس کی لانا ہے تاکہ تھلا نہ لگا سینٹر جو پٹر سے کی ماں بنے سی ہاں جی پاپے اور انجنا نا کم ماشاءاللہ شروع کر کے اندا تے ہن اللہ ہی خیر کرے کیا پتہ کیا بنسی سبے کے گورا تے بنانے نا ویسے سجاد ہے ماں پہ جی نا نا نیچے نیچے جان دیو نیچے جان دیو نیچے جان دیو بالکل نیچے او اتھا 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 جان دیو منصور صاحب جناب جی میرا کمال تھا ہو گیا وہ صحیح ہو گیا نا بالکل ہوں انشاءاللہ تو کتنا پکنا ہے دستی انوبھو مارو سنا
ਬਿਲਕੁਲ ਜੀ ਇਸ ਟਾਈਮ ਚਾਵਲ ਜਿਹੜਾ ਨਹੀਂ ਹੈ ਅੱਲਾ ਅੱਲਾ ਕਰੀ ਕੋਈ ਜੁਗਾੜ ਲਾਈ ਇਰਦ ਗਿਰਦ ਗੇੜਾ ਲਾਈ ਤੇ ਕੋਈ ਗੱਲ ਨਹੀਂ ਪਿਆ ਤੱਕੋ ਹੁਣ ਹੈ ਕਿ ਬਣੀ ਗਈ ਤਾਂ ਬਿਹਤਰੀਨ ਹੋਈ ਅਸੀਂ ਇਨ ਸ਼ਾ ਅੱਲਾ ਹੁਣ ਬੰਸਨ ਹੁਣ ਘਰੇ ਹੀ ਗਿਆ ਮੁਰਗਾ ਗਲੀ ਗਿਆ ਤਾਂ ਪਿੱਛੇ ਚਾਵਲ ਹੀ ਹੈ ਹੁਣ ਤੇ ਸਾਈਡ ਸੋ ਚੈੱਕ ਕਰ ਸਕਦੇ ਹੋ ਸ਼ਾਮ ਪਈ ਗਿਆ ਅਸਾਂ ਵੀ ਜਦ ਤੱਕ ਚਾਵਲ ਨਹੀਂ ਬਣੇ ਤਦ ਤੱਕ ਇੱਥੇ ਹੀ ਆ ਅਸਾਂ ਵੀ ਨਹੀਂ ਡੇਰੇ ਪਟਣੇ ਜੀ ਹਾਂਜੀ ਤੱਕੋ ਜਨਾਬ ਚਾਵਲ ਤਿਆਰ ਹੋਏ ਗਏ ਨਾ ਮੈਂ ਬਦਸਤੇ ਖੁਦ ਤਿਆਰ ਕੀਤੇ ਠੀਕ ਹੈ ਇਹ ਤਾਂ ਕੋਈ ਮਹਲਾ ਕੋਈ ਮਜ਼ੇ ਨਹੀਂ ਲੱਗਣੇ ਪਏ ਮਰ ਲਿਆ ਕਿ ਗੁਜ਼ਾਰਾ ਕਰਸਨ ਛੜਿਆ ਨੇ ਹੱਥਾਂ ਨੇ ਵੀ ਚੱਲੇ ਨਾ ਇਨਸ਼ਾਅੱਲਾ ਜੀ ਛੜਾ ਗੁਣ ਜੀ ਹਾਂਜੀ ਛੜਾ ਗੁਣ ਮੈਂ ਛੜਾ ਤਾਂ ਕੋਣ ਬਾਕੀ ਖਾਣਾ ਲੈ ਛੜੇ ਤਾਂ ਮੈਂ ਹੁਣ ਜਨਾਬ ਇਹਨਾਂ ਕਿਹਾ ਤਾਂ ਸਾਕਬ ਸਾਹਿਬ ਹੁਣ ਬਾਈ ਬਾਈ ਕੇ ਦੇਣੇ ਨੇ ਪਏ ਮਾਸਟਰ ਨਾਲ ਕਿ ਅਸਾਂ ਸਪੈਸ਼ਲ ਦਹੀਂ ਕਿ ਨਾ ਤੁਹਾਨੂੰ ਭੇਜਿਆ ਸੀ ਦਹੀਂ ਅਸਾਂ ਕੋਈ ਆਇਆ ਨਾ ਜੀ ਆਇਆ ਯਾਦ ਹੀ ਨਹੀਂ ਸੀ ਰਹੀ ਆਣਾ ਤਾਂ ਹੁਣ ਬਾਣੇ ਚਾਵਲ ਖਾਣੇ ਆ ਸਾਂ ਖਾਈ ਤਾਂ ਨਾ ਸਕਣੇ ਬਰ ਤੱਕ ਹੀ ਤਾਂ ਸਕਣੇ ਆ ਨਾ ਲਾਓ ਪਚਾ ਕੇ ਤਾਂ ਅੱਲਾ ਸੋਹਣੇ ਨੇ ਵਾਲਾ ਹੁਣ ਮਿਲਸਾਂ ਕੁਛ ਹੋਰ ਜਗ੍ਹਾ ਕੁਛ ਹੋਰ ਵੀਡੀਓ ਚ ਅੱਲਾ ਹਾਫਿਜ਼।